ਇੱਕ ਇਮਾਰਤ ਦੇ ਢਹਿ ਢੇਰੀ ਹੋਣ ਦੇ ਨਾਲ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਦੱਸ ਦਈਏ ਕਿ ਲਗਾਤਾਰ NDRF ਦੀ ਟੀਮਾਂ ਦੇ ਵੱਲੋਂ ਮੌਕੇ 'ਤੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ, ਜਿਨ੍ਹਾਂ ਦੇ ਵਿੱਚੋਂ 2 ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਤਾਂ ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਇੱਕ ਮਕਾਨ ਦਾ ਲੈਂਟਰ ਚੁੱਕਿਆ ਜਾ ਰਿਹਾ ਸੀ, ਅਤੇ ਜਦੋਂ ਲੈਂਟਰ ਨੂੰ ਜੈੱਕ ਦੇ ਨਾਲ ਚੁੱਕਿਆ ਜਾ ਰਿਹਾ ਸੀ ਤਾਂ ਅਚਾਨਕ ਹੀ ਜੈੱਕ ਜੋ ਨੇ ਉਹਨਾਂ ਦਾ ਸੰਤੁਲਨ ਵਿਗੜ ਜਾਂਦਾ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ 2 ਮੰਜ਼ਿਲਾ ਇਮਾਰਤ ਦਾ ਲੈਂਟਰ ਡਿੱਗ ਜਾਂਦਾ, ਜਿਸ ਦੇ ਕਾਰਨ ਕਈ ਮਜ਼ਦੂਰ ਇਸ ਲੈਂਟਰ ਦੇ ਹੇਠਾਂ ਦੱਬ ਜਾਂਦੇ ਨੇ। ਹਾਲਾਂਕਿ ਜਦੋਂ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਕੀਤਾ ਜਾਂਦਾ ਤਾਂ ਉਸ ਦੇ ਵਿੱਚੋਂ 3 ਲੋਕਾਂ ਨੂੰ ਪਹਿਲਾਂ ਬਾਹਰ ਕੱਢਿਆ ਜਾਂਦਾ, ਜਿਨ੍ਹਾਂ ਦੇ ਵਿੱਚੋਂ 3 ਦੀ ਮੌਤ ਹੋ ਗਈ ਹੈ, ਅਤੇ ਫਿਲਹਾਲ ਅੱਜ ਤੜਕੇ ਵੀ 1 ਸ਼ਖਸ ਨੂੰ ਬਾਹਰ ਕੱਢਿਆ ਗਿਆ। ਹਾਲਾਂਕਿ ਉਸਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸਨੂੰ ਇਲਾਜ ਦੇ ਲਈ ਚੰਡੀਗੜ੍ਹ ਦੇ PGI ਦੇ ਵਿੱਚ ਰੈਫਰ ਕੀਤਾ ਗਿਆ। ਤਾਂ ਇਹ ਘਟਨਾ ਜੋ ਹੈ ਰੋਪੜ ਦੇ ਵਿੱਚ ਵਾਪਰੀ ਹੈ, ਜਿੱਥੇ ਕਿ ਲੈਂਟਰ ਚੁੱਕਦੇ ਸਮੇਂ ਇਹ ਹਾਦਸਾ ਵਾਪਰਿਆ। 5 ਦੇ ਕਰੀਬ ਮਜ਼ਦੂਰ ਲੈਂਟਰ ਦੇ ਹੇਠਾਂ ਦੱਬ ਗਏ, ਜਿਨ੍ਹਾਂ ਦੇ ਵਿੱਚੋਂ 3 ਦੀ ਹੁਣ ਮੌਤ ਹੋ ਚੁੱਕੀ ਹੈ। ਹਾਲਾਂਕਿ ਹਾਲੇ ਕਈ ਲੋਕਾਂ ਦੇ ਹੋਰ ਨੀਚੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ। ਲਗਾਤਾਰ ਮਲਬੇ ਨੂੰ ਹਟਾਉਣ ਦਾ ਕੰਮ ਜਾਰੀ ਹੈ ਅਤੇ ਇਸ ਦੇ ਨਾਲ ਹੀ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਰੱਖਿਆ ਗਿਆ। NDRF ਦੀ ਟੀਮਾਂ ਦੇ ਨਾਲ ਨਾਲ ਸਥਾਨਕ ਲੋਕ ਵੀ ਮੌਕੇ ਦੇ ਉੱਤੇ ਪਹੁੰਚੇ ਨੇ ਅਤੇ ਹਰ ਸੰਭਵ ਮਦਦ ਜੋ ਹੈ ਉਹ ਕੀਤੀ ਜਾ ਰਹੀ ਹੈ। ਤਾਂ ਤਸਵੀਰਾਂ ਵੀ ਰੈਸਕਿਊ ਦੀਆਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ NDRF ਦੀ ਟੀਮਾਂ ਦੇ ਵੱਲੋਂ ਮੋਰਚਾ ਸਾਂਭਿਆ ਗਿਆ ਅਤੇ ਲਗਾਤਾਰ ਮਲਬੇ ਨੂੰ ਹਟਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਰੋਪੜ ਦੇ ਵਿੱਚ ਇਹ ਦਰਦਨਾਕ ਘਟਨਾ ਵਾਪਰੀ ਹੈ। ਲੈਂਟਰ ਚੁੱਕਦੇ ਸਮੇਂ ਜੈੱਕ ਜੋ ਲੱਗੇ ਹੋਏ ਸੀ ਉਹਨਾਂ ਦਾ ਸੰਤੁਲਨ ਵਿਗੜ ਜਾਂਦਾ ਅਤੇ 2 ਮੰਜ਼ਿਲਾ ਇਮਾਰਤ ਦਾ ਲੈਂਟਰ ਮਿੰਟਾਂ ਦੇ ਵਿੱਚ ਢਹਿ ਢੇਰੀ ਹੋ ਜਾਂਦਾ ਅਤੇ ਇਸ ਦੇ ਹੇਠਾਂ ਕੰਮ ਕਰ ਰਹੇ 5 ਮਜ਼ਦੂਰ ਦੱਬ ਜਾਂਦੇ ਨੇ। ਹਾਲਾਂਕਿ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕਈ ਹੋਰ ਲੋਕ ਵੀ ਇਸ ਦੇ ਹੇਠਾਂ ਦੱਬੇ ਹੋ ਸਕਦੇ ਨੇ, ਪਰੰਤੂ ਲਗਾਤਾਰ ਹੁਣ ਇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਕਿਸ ਦੀ ਗਲਤੀ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ। ਹਾਂਜੀ, ਜਿਹੜਾ ਸਭ ਤੋਂ ਪਹਿਲਾਂ ਕੱਢਿਆ ਗਿਆ ਉਹ ਕੀ ਹੈ ਸਰਵਾਈਵਡ, ਉਹ ਠੀਕ ਹੈ, ਉਹਨਾਂ ਨੂੰ PGI ਰੈਫਰ ਕਰ ਦਿੱਤਾ ਅਤੇ PGI ਉਹਨਾਂ ਦਾ ਇਲਾਜ ਚੱਲ ਰਿਹਾ। ਅਤੇ ਜਿਹੜੇ ਦੂਜੇ ਕੱਢੇ ਗਏ ਨੇ ਉਹ PGI ਦੇ ਜਾ ਕੇ ਉੱਥੇ ਹੀ ਹੈਜ਼ ਬਿਨ ਡਿਕਲੇਅਰਡ ਐਜ਼ ਬਰੋਡ ਡੈਡ, ਅਤੇ ਜਿਹੜੇ ਤੀਜੇ ਨੇ ਉਹ ਇੱਥੋਂ ਹੀ ਜਦੋਂ ਕੱਢੇ ਗਏ ਤੋਂ ਹੀ ਵਾਸ ਡਿਕਲੇਅਰ ਡੈਡ। ਅਤੇ ਹੁਣ ਤੱਕ ਅੰਦਰ 5 ਜਿਹੜੇ ਹੈਗੇ ਨੇ ਮਜ਼ਦੂਰ ਫਸੇ ਹੋਏ ਨੇ ਅਤੇ ਉਹਨਾਂ ਵਿੱਚੋਂ ਜਿਹੜੇ 3 ਕੱਢੇ ਜਾ ਚੁੱਕੇ ਨੇ ਅਤੇ ਰੈਸਕਿਊ ਆਪਰੇਸ਼ਨਸ ਜਾਰੀ ਨੇ। NDRF, SDRF ਅਤੇ ITBP ਦੀਆਂ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਨੇ ਅਤੇ ਜਿਹੜੇ 2 ਨੇ ਵੀ ਸਾਨੂੰ ਪੂਰੀ ਉਮੀਦ ਹੈ ਕਿ ਜਲਦੀ ਹੀ ਜਿਹੜੇ 2 ਨੇ ਉਹ ਵੀ ਕੱਢਦੇ ਜਾਣ। ਕੋਈ ਮੂਵਮੈਂਟ ਤਾਂ ਨਹੀਂ ਹੈ ਜੀ ਇਸ ਵੇਲੇ, ਪਰ ਫਿਰ ਵੀ ਜਦੋਂ ਤੱਕ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਗਿਆ ਸਭ ਤੱਕ ਕੁਛ ਵੀ ਅਸੀਂ ਸਪੈਸੀਫਿਕਲੀ ਨਹੀਂ ਕਹਿ ਸਕਦੇ। ਉਹ ਬਾਹਰ ਨਿਕਲਣ ਤੋਂ ਬਾਅਦ ਡਾਕਟਰੀ ਟੀਮ ਸਾਡੀ ਇੱਥੇ ਬੈਠੀ ਹੈ, ਉਹਨਾਂ ਦੇ ਮੁਆਇਨਾ ਕਰਨ ਤੋਂ ਬਾਅਦ ਹੀ ਕੁਛ ਕਿਹਾ ਜਾ ਸਕਦਾ।